ਸਤਿ ਸ਼੍ਰੀ ਅਕਾਲ, ਮੈਂ ਡਾਕਟਰ ਗੌਰਵਜੀਤ। ਆਹ ਜਿਹੜੀ ਆਪਾਂ ਵਿਚਾਲੇ ਵੱਟ ਦੇਖ ਰਹੇ ਹਾਂ, ਇਹਦੇ ਆਹ ਹੱਥ ਇਸ ਪਾਸੇ, ਇਹ ਮਸ਼ੀਨ ਦੀ ਲਾਈ ਹੋਈ ਜੀਰੀ ਆ ਜਾਂ ਮਸ਼ੀਨੀ ਝੋਨਾ, ਅਤੇ ਇਸ ਹੱਥ ਇਹ ਲਾਇਆ ਹੋਇਆ ਹੱਥੀ, ਯਾਨੀ ਕਿ ਇਸ ਵਾਰੀ ਆਪਾਂ ਇੱਕ ਨਵਾਂ ਤਜਰਬਾ ਕਰ ਰਹੇ ਹਾਂ। ਮਸ਼ੀਨ ਦਾ ਲਾਇਆ ਹੋਇਆ ਝੋਨਾ ਅਤੇ ਹੱਥੀ ਲਾਏ ਹੋਏ ਝੋਨੇ, ਦੋਵਾਂ ਦੇ ਵਿੱਚ ਕੀ ਫਰਕ ਆਉਂਦਾ, ਝਾੜ ਕਿਹਦਾ ਵੱਧਦਾ ਹੈ, ਅਤੇ ਕਿੰਨਾ ਖਰਚਾ ਮਸ਼ੀਨ ਵਾਲੇ ਝੋਨੇ 'ਤੇ ਆਉਂਦਾ, ਬਾਕੀ ਹੱਥੀਂ ਲਵਾਈ ਦਾ ਤਾਂ ਆਪਾਂ ਸਾਰਿਆਂ ਨੂੰ ਪਤਾ ਹੀ ਹੈ। ਅਤੇ ਉਹਦੇ ਬਾਰੇ ਆਪਾਂ ਜਿਵੇਂ ਜਿਵੇਂ ਜੀਰੀ ਵਧੂਗੀ, ਅੰਤਿਮ ਪੜਾਵਾਂ ਵੱਲ ਵਧੂਗੀ, ਤਾਂ ਆਪਾਂ ਉਹ ਸਾਰੇ ਅੰਕੜੇ ਦੇਖਾਂਗੇ। ਅਤੇ ਇਹਦੇ ਵਾਸਤੇ ਆ, ਜਿਵੇਂ ਆਪਾਂ ਪਹਿਲਾਂ ਪਨੀਰ ਤਿਆਰ ਕੀਤੀ ਆ, ਪਨੀਰ ਆਪਾਂ ਬਹੁਤ ਸਸਤੇ ਤਰੀਕੇ ਨਾਲ ਤਿਆਰ ਕੀਤੀ ਆ, ਕਿਉਂਕਿ ਜਿਵੇਂ ਕੋਈ ਇਹਦੇ 'ਚ ਜਿਵੇਂ ਰੋਲ ਵਗੈਰਾ ਜਿਹੜਾ ਆਉਂਦਾ ਇਹ ਕਾਗਜ਼ ਦਾ, ਉਹ ਆਪਾਂ ਨਹੀਂ ਲਾਇਆ। ਇਹ ਜਿਹੜਾ ਆਪਾਂ ਵੱਟਾਂ ਦੇ ਉੱਤੇ ਕਾਗਜ਼ ਪਾਉਂਦੇ ਹੁੰਦੇ ਹਾਂ, ਉਸ ਕਾਗਜ਼ ਦੀ ਹੀ ਵਰਤੋਂ ਕੀਤੀ ਗਈ ਆ। ਕੁੱਲ 450 ਰੁਪਈਏ ਦਾ ਕਾਗਜ਼ ਲੱਗਿਆ, ਉਹਦੇ ਵਿੱਚੋਂ ਵੀ ਅੱਧੇ ਤੋਂ ਵੱਧ ਕਾਗਜ਼ ਮੇਰੇ ਕੋਲ ਬਚ ਗਿਆ। ਇਹ ਮੰਨ ਲਈਏ ਵੀ ਆਪਾਂ 225 ਰੁਪਈਏ ਦਾ ਮੇਰਾ ਕਾਗਜ਼ ਲੱਗਿਆ ਇਹਦੇ ਉੱਤੇ, ਅਤੇ ਘਰ ਇੱਕ ਆਪਾਂ ਗਲੀਆਂ ਕੱਢਣ ਵਾਸਤੇ ਵੀ ਸਰੀਆਂ ਦਾ ਹੀ ਯੰਤਰ ਬਣਾ ਕੇ, ਅਤੇ ਉਹਦੇ ਨਾਲ ਇਹਦੇ 'ਚ ਗਲੀਆਂ ਮਾਰੀਆਂ, ਅਤੇ ਉੱਤੇ ਆਪਾਂ ਬਹੁਤ ਬੀਜਤੀ। ਪਹਿਲਾਂ ਮੈਂ ਆਪਦੇ ਆਪ 'ਚ ਹੀ ਪੂਰਾ ਕੌਨਫੀਡੈਂਟ ਨਹੀਂ ਸੀ ਇਸ ਦੇ ਵਿੱਚ ਬਈ ਇਹ ਕੰਮ ਆਪਾਂ ਕਰ ਲਾਂਗੇ, ਕਿਉਂਕਿ ਸਾਰਾ ਕੰਮ ਇਹ ਯੂਟਿਊਬ ਤੋਂ ਦੇਖ ਕੇ ਕੀਤਾ, ਵੱਖ ਵੱਖ ਜਿਹੜੇ ਲੋਕਾਂ ਨੇ ਤਜਰਬੇ ਸੀਗੇ ਯੂਟਿਊਬ 'ਤੇ ਹੀ ਸਾਂਝੇ ਕੀਤੇ ਹੋਏ, ਤਾਂ ਉਹੀ ਆਪਾਂ ਦੇਖ ਕੇ ਕੀਤਾ। ਅਤੇ ਆਹ ਕਲਾਸ ਕੰਪਨੀ ਦੀ ਮਸ਼ੀਨ ਹੈ, ਅਤੇ ਇਹਦੀ ਸਰਵਿਸ ਪ੍ਰੋਵਾਈਡਰ ਵੀ ਆਪਾਂ ਨੂੰ ਨੇੜੇ ਸੰਗਰੂਰ ਜ਼ਿਲ੍ਹੇ ਦੇ ਨੇੜੇ ਕੋਈ ਮਿਲਿਆ ਨਹੀਂ। ਤਰਨ ਤਾਰਨ ਜ਼ਿਲ੍ਹੇ ਤੋਂ ਇਹਦੀਆਂ ਆਪਾਂ ਫਿੰਗਰਸ ਵਗੈਰਾ ਲਿਆਂਦੀਆਂ ਨੇ, ਉੱਥੇ ਇਹਨਾਂ ਦੀ ਏਜੰਸੀ 'ਚੋਂ ਮਿਲੀਆਂ, ਅਤੇ ਸਰਵਿਸ ਵੀ ਆਪਾਂ ਇਹਦੀ ਘਰੇ ਕੀਤੀ ਆ। ਅਤੇ ਇਹ ਵੀ ਆਤਮ ਵਿਸ਼ਵਾਸ ਸ਼ੁਰੂ 'ਚ ਹੈ ਨਹੀਂ ਸੀ ਵੀ ਆਪਾਂ ਇਹਨੂੰ ਚਲਾ ਪਾਵਾਂਗੇ, ਕਿਉਂਕਿ ਟ੍ਰੇਨਿੰਗ ਵਗੈਰਾ ਆਪਣੇ ਕੋਲ ਦੇਣ ਲਈ ਕੋਈ ਹੈ ਨਹੀਂ ਸੀ। ਅਤੇ ਆਪਦੇ ਆਪ ਹੀ 3-4 ਦਿਨਾਂ 'ਚ ਆਪਾਂ ਇਹਨੂੰ ਚਲਾਉਣਾ ਸਿੱਖ ਗਏ, ਅਤੇ ਆਪੇ ਹੀ ਇਹ ਮਸ਼ੀਨ ਚਲਾਈ ਹੈ, ਅਤੇ ਆਪੇ ਆਹ ਕਿੱਲਾ ਜਿਹੜਾ ਹੈਗਾ ਇਹ ਇਸ ਮਸ਼ੀਨ ਨਾਲ ਆਪਾਂ ਲਾਇਆ। ਤਾਂ ਹੁਣ ਤੱਕ ਖਰਚੇ ਦੇ ਵਿੱਚ ਸਾਰਾ 225 ਰੁਪਈਏ ਦਾ ਕਾਗਜ਼, ਅਤੇ ਇੱਕ ਉਹ ਸਰੀਆਂ ਦਾ ਜਿਹੜਾ ਆਪਾਂ ਮੋੜ ਕੇ ਬਣਾਇਆ ਉਹ 'ਤੇ ਤੁਸੀਂ 300 ਰੁਪਈਆ ਲਾ ਲਓ, ਅਤੇ ਪਲੱਸ 200 ਰੁਪਈਏ ਦਾ ਪੈਟਰੋਲ ਲੱਗਿਆ। ਅਤੇ ਜਿਹੜੇ ਮਸ਼ੀਨ ਟ੍ਰਾਂਸਪਲਾਂਟਿੰਗ ਕਰ ਰਹੀ ਹੈ ਜਾਂ ਜਿਹੜੇ ਡਾਲ ਲਾ ਰਹੀ ਹੈ, ਉਹ ਲਗਭਗ 4 ਡਾਲ ਆਪਾਂ ਮੰਨ ਕੇ ਚੱਲੀਏ ਵੀ ਐਵਰੇਜ ਇਹ ਲਾ ਰਹੀ ਹੈ, ਕਿਉਂਕਿ ਬਹੁਤ ਬਰੀਕ ਹੈ, ਅਤੇ ਜਦੋਂ ਇਹ ਡਾਲ ਫੜਦੀ ਹੈ ਤਾਂ ਘੱਟੋ ਘੱਟ 3 ਡਾਲ ਹਰੇਕ ਵਾਰ 'ਚ ਆਉਂਦੇ ਨੇ, ਹਰੇਕ ਚੋਬੇ 3-3 ਡਾਲ ਇਹ ਲਾਉਂਦੀ ਹੈ, ਵੱਧ ਤੋਂ ਵੱਧ 5-6 ਵੀ ਲੱਗ ਜਾਂਦੇ ਨੇ। ਅਤੇ ਦੂਜੀ ਗੱਲ, ਕਿਉਂਕਿ ਰੋ ਟੂ ਰੋ ਜਿਹੜੀ ਡਿਸਟੈਂਸ ਹੈ, ਇੱਕ ਲਾਈਨ ਤੋਂ ਦੂਜੀ ਲਾਈਨ ਦੇ ਵਿਚਾਲੇ ਜਿਹੜਾ ਅੰਤਰ ਹੈ, ਉਹ ਮਸ਼ੀਨ ਦੇ ਰਾਹੀਂ ਜ਼ਿਆਦਾ ਹੁੰਦਾ, ਇਸ ਕਰਕੇ ਆਪਾਂ ਜਿਹੜਾ ਡਾਲ ਤੋਂ ਡਾਲ ਦਾ ਜਿਹੜੀ ਦੂਰੀ ਆ ਉਸ ਨੂੰ ਘੱਟ ਕਰਕੇ ਲਾਉਣਾ ਹੁੰਦਾ ਹੈ ਮਸ਼ੀਨ ਨਾਲ, ਤਾਂ ਕਰਕੇ ਇਸ ਲਈ ਵੀ ਆਪਾਂ ਜਿਹੜੇ ਡਾਲ ਇਹ ਘੱਟੋ ਘੱਟ ਇਹ 1 ਡਾਲ ਵੀ ਲਾ ਦਿੰਦੀ ਹੈ ਇੱਕ ਵਾਰ 'ਚ, ਅਤੇ ਵੱਧੋ ਵੱਧ ਆਪਾਂ 8-9 ਡਾਲ ਵੀ ਲਾ ਸਕਦੇ ਹਾਂ, ਤਾਂ ਕਰਕੇ ਆਪਾਂ ਇਹ ਮੀਡੀਅਮ 'ਤੇ ਕਰਕੇ ਚਲਾਈ ਹੈ ਮਸ਼ੀਨ, ਵੀ ਜਿਹੜੇ ਡਾਲ ਨੇ ਉਹ ਨਾ ਜ਼ਿਆਦਾ ਲੱਗਣ ਨਾ ਘੱਟ ਲੱਗਣ। ਬਾਕੀ ਜਿਵੇਂ ਜਿਵੇਂ ਨਤੀਜੇ ਆਉਣਗੇ ਉਹ ਜ਼ਰੂਰ ਸਾਂਝੇ ਕਰਾਂਗੇ। ਅਤੇ ਬਾਕੀ ਇਸ ਸੀਜ਼ਨ ਦਾ ਇਹ ਸੀ ਮੇਰਾ ਇੱਕ ਨਵਾਂ ਤਜਰਬਾ, ਅਤੇ ਨਵੇਂ ਕਿਸਮ ਦੀ ਮਿਹਨਤ, ਕਿਉਂਕਿ ਹਰ ਸਾਲ ਆਪਾਂ ਕੁਛ ਨਾ ਕੁਛ ਨਵਾਂ ਕਰਦੇ ਹਾਂ। ਬਹੁਤ ਬਹੁਤ ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ।